ਅਸਲਾਮੁਆਲੇਕਮ ਦੋਸਤੋ ਆਪਣਾ ਪਾਕਿਸਤਾਨ ਮੇਂ ਖੁਸ਼ਾਮਦੀਦ ਦੋਸਤੋ ਅੱਜ ਤੁਹਾਡੇ ਵਾਸਤੇ ਟੋヨタ ਕਰੋਲਾ ਐਕਸਐਲ 2010 ਮਾਡਲ ਲੈ ਕੇ ਆਏ ਜੀ ਇਹ ਦੋਸਤੋ ਬਹੁਤ ਆਸਾਨ ਇਕਸਾਦ ਵਿੱਚ ਮਿਲਣ ਵਾਲੀ ਗੱਡੀ ਹੈ ਜੀ ਤੇ ਇਹਦੀ ਤੁਹਾਨੂੰ ਮੈਂ ਮੁਕਮਲ ਡਿਟੇਲ ਦੇਣਾ ਜੀ ਕਿਸ ਤਰ੍ਹਾਂ ਔਰ ਕਿੰਨੇ ਸਾਲ ਦੀ ਔਰ ਕਿਤਨਾ ਕਿਸ ਤਰ੍ਹਾਂ ਇਹਨੂੰ ਤੁਸੀਂ ਪਰਚੇਸ ਕਰਨਾ ਜੀ ਮੈਂ ਸਾਰੀ ਡਿਟੇਲ ਤੁਹਾਨੂੰ ਇਸ ਵੀਡੀਓ ਵਿੱਚ ਦੇ ਦਿੰਦਾ ਜੀ ਤੇ ਦੋਸਤੋ ਇਹਦੀ ਡਾਊਨ ਪੇਮੈਂਟ ਹੈ 250000 ਰੁਪਿਆ ਤੇ ਮੰਥਲੀ ਇਨਸਟਾਲਮੈਂਟ ਜਿਹੜੀ ਇਹਦੀ ਆ 14000 ਰੁਪਇਆ ਤੇ ਇਹਦੀਆਂ ਜਿਹੜੀਆਂ ਕਿਸ਼ਤਾਂ ਨੇ ਉਹ 7 ਸਾਲ ਦੀਆਂ ਕਿਸ਼ਤਾਂ ਬਣਨਗੀਆਂ ਜੀ ਤੇ ਬਾਕੀ ਤੁਹਾਨੂੰ ਇਹ ਗੱਡੀ ਦੀ ਮੈਂ ਹੁਣ ਡਿਟੇਲ ਸਾਰੀ ਦੇ ਦਿੰਨਾ ਜੀ ਤੇ ਦੋਸਤੋ ਮੈਂ ਤੁਹਾਨੂੰ ਇਹਦਾ ਜਿਹੜਾ ਓਨਰ ਦਾ ਆਪਣਾ ਰਾਪਤਾ ਨੰਬਰ ਆ ਉਹ ਡਿਸਕ੍ਰਿਪਸ਼ਨ ਚ ਲਿਖ ਦਾਂਗਾ ਤੇ ਉਹਦੇ ਤੇ ਤੁਸੀਂ ਰਾਪਤਾ ਕਰਕੇ ਤੇ ਇਹਨੂੰ ਪਰਚੇਸ ਕਰ ਸਕਦੇ ਹੋ ਤੇ ਬਾਕੀ ਤੁਸੀਂ ਦੋਸਤੋ ਇਹਦੀ ਗੱਡੀ ਦੀ ਲੁੱਕ ਚੈੱਕ ਕਰ ਸਕਦੇ ਹੋ ਟੋਟਲ ਜੈਨੂਇਨ ਗੱਡੀ ਹੈ ਜੀ ਤੇ ਬੈਕ ਸਾਈਡ ਤੋਂ ਇਹਦੀ ਚੈੱਕ ਕਰ ਲੋ ਜੀ اسلام آباد ਦੀ ਰਜਿਸਟਰਡ ਹੈ ਗੱਡੀ ਜੀ ਬਹੁਤ ਸ਼ਾਨਦਾਰ ਗੱਡੀ ਹੈ ਜੀ ਮੈਨੂਅਲ ਟਰਾਂਸਮਿਸ਼ਨ ਵਾਲੀ ਗੱਡੀ ਹੈ ਜੀ ਟਾਇਰ ਇਹਦੇ ਬਿਲਕੁਲ ਨਿਊ ਨੇ ਜੀ ਕੰਡੀਸ਼ਨ ਵਾਈਜ਼ ਗੱਡੀ ਲੁੱਕ ਵਾਈਜ਼ ਗੱਡੀ ਬਹੁਤ ਖੂਬਸੂਰਤ ਹੈ ਜੀ ਤੇ ਦੋਸਤੋ ਇਸ ਗੱਡੀ ਦੇ ਵਿੱਚ ਟਰੈਕਰ ਜਿਹੜਾ ਉਹ ਮੁਫਤ ਅਵੇਲੇਬਲ ਹੋਏਗਾ ਜੀ ਤੇ ਦੋਸਤੋ ਅਸੀਂ ਗੱਡੀ ਦਾ ਤੁਸੀਂ ਰੂਮ ਚੈੱਕ ਕਰ ਲਓ ਜੀ ਬਹੁਤ ਸ਼ਾਨਦਾਰ ਰੂਮ ਹੈ ਜੀ ਬੜਾ ਬਹੁਤ ਖੂਬਸੂਰਤ ਰੂਮ ਹੈ ਇਹਦਾ ਗੱਡੀ ਦਾ ਜੀ ਇਹ ਬੈਕ ਸਾਈਡ ਦਾ ਇਹਦਾ ਰੂਮ ਹੈ ਜੀ ਬਿਲਕੁਲ ਸਾਫ਼ ਸੁਥਰਾ ਰੂਮ ਹੈ 2010 ਮਾਡਲ ਗੱਡੀ ਦਾ ਬਹੁਤ ਸ਼ਾਨਦਾਰ ਰੂਮ ਹੈ ਜੀ ਮਾਡਲ ਦੇ ਹਿਸਾਬ ਨਾਲ ਬਹੁਤ ਸ਼ਾਨਦਾਰ ਰੂਮ ਹੈ ਜੀ ਤੇ ਇਹ ਦੋਸਤੋ ਇਹਦਾ ਡੈਸ਼ਬੋਰਡ ਵਾਲੀ ਸਾਈਡ ਫਰੰਟ ਦੀ ਰੂਮ ਦੀ ਚੈੱਕ ਕਰ ਲਓ ਜੀ ਬਿਲਕੁਲ ਬਹੁਤ ਖੂਬਸੂਰਤ اور ਸ਼ਾਨਦਾਰ ਹੈ ਜੀ ਤੇ ਦੋਸਤੋ ਗੁਜ਼ਾਰਸ਼ ਹੈ ਕਿ ਮੇਰੇ ਚੈਨਲ ਨੂੰ ਲਾਇਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰੋ ਜੀ ਤੇ ਮੈਂ ਤੁਹਾਨੂੰ ਇਸੇ ਤਰ੍ਹਾਂ ਦੀ ਮناسب ਕੀਮਤ ਦੀਆਂ ਗੱਡੀਆਂ ਟਰੈਕਟਰ ਅਪਲੋਡ ਕਰਦਾ ਰਹਾਂਗਾ ਜੀ ਤੇ ਬਾਕੀ ਤੁਸੀਂ ਇਹਦੀ ਲੁੱਕ ਤੁਸੀਂ ਦੇਖ ਸਕਦੇ ਹੋ ਗੱਡੀ ਦੀ ਜੀ ਕਾਫੀ ਸ਼ਾਨਦਾਰ ਗੱਡੀ ਹੈ ਜੀ ਤੇ ਓਨਰ ਦਾ ਮੈਂ ਡਿਸਕ੍ਰਿਪਸ਼ਨ ਵਿੱਚ ਨੰਬਰ ਵੀ ਦੇ ਦਾਂਗਾ ਜੀ ਤੁਸੀਂ ਉੱਥੋਂ ਜਾ ਕੇ ਤੇ ਰਾਬਤਾ ਵੀ ਕਰ ਸਕਦੇ ਹੋ ਜੀ ਤੇ ਮਜ਼ੀਦ ਕੋਈ ਡਿਟੇਲ ਲੈ ਸਕਦੇ ਹੋ ਗੱਡੀ ਦੀ ਜੀ ਤੇ ਮੈਂ ਤੁਹਾਨੂੰ ਇਸੇ ਤਰ੍ਹਾਂ ਦੀ ਮناسب ਕੀਮਤ ਦੀਆਂ ਗੱਡੀਆਂ ਜਿਹੜੀਆਂ ਨਾ ਜੀ ਅਪਲੋਡ ਕਰਦਾ ਰਹਾਂਗਾ ਜੀ ਤੇ ਅਗਲੀ ਵੀਡੀਓ ਤੱਕ ਆਜਾਦਤ ਜੀ الله حافظ